ਪੰਜਾਬ ਦੇ ਸ਼ੇਰ ਪੁੱਤਰ ਅਰਸ਼ਦ ਨਦੀਮ ਦੀ ਆਲਮੀ ਰਿਕਾਰਡ ਬਣਾਉਣ ਮਗਰੋਂ ਵਤਨ ਵਾਪਸੀ ਉੱਤੇ ਹਰ ਪਾਕਿਸਤਾਨੀ ਖੁਸ਼। ਕੌਮੀ ਹੀਰੋ ਜਦ ਲਾਹੌਰ ਏਅਰਪੋਰਟ ਉੱਤੇ ਉਤਰਿਆ ਤੇ ਇੰਜ ਲੱਗਾ ਜਿਵੇਂ ਹਰ ਪਾਕਿਸਤਾਨੀ ਉਹਨੂੰ ਜੀਆਂ ਨੂੰ ਆਖਣ ਲਈ ਅਪੜਿਆ ਹੋਇਆ ਸੀ। ਲਾਹੌਰ ਏਅਰਪੋਰਟ ਤੋਂ ਨਿਕਲਣ ਮਗਰੋਂ ਅਰਸ਼ਦ ਨਦੀਮ ਨੂੰ ਡਬਲ ਡੈਕਰ ਬੱਸ ਉੱਤੇ ਲਿਆਂਦਾ ਗਿਆ ਤੇ ਉਹਨਾਂ ਆਪਣੇ ਚਾਹੀਵਾਨਾਂ ਦਾ ਸ਼ੁਕਰੀਆ ਅਦਾ ਕੀਤਾ। ਇਸ ਮਗਰੋਂ ਉਹ ਆਪਣੇ ਸ਼ਹਿਰ ਮੀਆਂ ਚੰਨ ਨੂੰ ਰਵਾਨਾ ਹੋਏ ਜਿੱਥੇ ਹਜ਼ਾਰਾਂ ਲੋਕ ਉਹਨਾਂ ਦੀ ਉਡੀਕ ਵਿੱਚ ਸਨ। ਢੋਲ ਵਜਾਇਆ ਗਿਆ ਤੇ ਭੰਗੜਾ ਵੀ ਪਾਇਆ ਗਿਆ। ਸ਼ਹਿਰਦਾਰਾ ਰੱਜ ਕੇ ਖੁਸ਼ੀਆਂ ਮਨਾਈਆਂ, ਖਾਸ ਕਰ ਅਰਸ਼ਦ ਨਦੀਮ ਦੇ ਮਾਂ ਬਾਪ, ਭੈਣਾਂ ਭਾਈ ਤੇ ਸੱਜਣ ਬੇਲੀ ਇਸ ਕਾਮਯਾਬੀ ਨੂੰ ਪੂਰੇ ਪਾਕਿਸਤਾਨ ਦੀ ਕਾਮਯਾਬੀ ਕਰਾਰ ਦੇ ਰਹੇ ਸਨ। ਜਿੱਥੇ ਅਰਸ਼ਦ ਨਦੀਮ ਦੀ ਕਾਮਯਾਬੀ ਨੂੰ ਪੂਰੇ ਪਾਕਿਸਤਾਨ ਦੀ ਕਾਮਯਾਬੀ ਆਖਿਆ ਗਿਆ, ਉੱਥੇ ਸਿਆਸੀ ਜਮਾਤਾਂ ਵੀ ਇਸ ਜਿੱਤ ਨੂੰ ਸਿਆਸੀ ਰੰਗ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਵਜ਼ੀਰ ਆਜ਼ਮ ਹੋਰਾਂ ਤੇ ਰਾਣਾ ਮਸ਼ਹੂਦ ਜੀ ਦੀ ਇੱਕ ਵੀਡੀਓ ਨੂੰ ਬੁਨਿਆਦ ਬਣਾ ਕੇ ਤਹਿਰੀਕ ਇਨਸਾਫ਼ ਵਾਲਿਆਂ ਤਨਕੀਦ ਕੀਤੀ ਤੇ ਲੀਗੀਆਂ ਇਹਨੂੰ ਸੁੱਚਾ ਜਜ਼ਬਾ ਆਖਿਆ। ਪਾਕਿਸਤਾਨ ਜ਼ਿੰਦਾਬਾਦ ਸਰ, ਆਪਕਾ ਵਿਜ਼ਨ ਹੈ, ਆਪਕਾ ਵਿਜ਼ਨ ਹੈ ਸਰ, ਆਪਨੇ ਮੌਕਾ ਦਿਆ। ਇੰਜੀ ਤਹਿਰੀਕ ਇਨਸਾਫ਼ ਵਾਲਿਆਂ ਵੀ ਪੂਰਾ ਢਿੱਲ ਲਾਇਆ ਕਿ ਕਿਸੇ ਤਰ੍ਹਾਂ ਸਾਬਤ ਕਰ ਸਕਣ ਕਿ ਅਰਸ਼ਦ ਨਦੀਮ ਵੱਡੇ ਖਾ ਹੋਰਾਂ ਦਾ ਫੈਨ। ਇਹ ਸਾਰਾ ਤਮਾਸ਼ਾ ਜਾਰੀ ਸੀ ਕਿ ਅਰਸ਼ਦ ਨਦੀਮ ਹੋਰਾਂ ਆਪ ਵਜ਼ਾਹਤ ਕਰ ਛੱਡੀ ਕਿ ਬੇਲੀਓ, ਮੇਰਾ ਸਿਆਸਤ ਨਾਲ ਕੋਈ ਤਾਲੁਕ ਨਹੀਂ ਤੇ ਨਾ ਮੈਂ ਆਉਣ ਵਾਲੇ ਵੇਲੇ ਵਿੱਚ ਸਿਆਸਤ ਕਰਨੀ। ਹੁਣ ਅਖੀਰੀ ਗੱਲ ਇਹ ਹੈ ਕਿ ਤੁਸੀਂ ਅਰਸ਼ਦ ਨਦੀਮ ਨੂੰ ਨੇਜ਼ਾਬਾਜ਼ ਹੀ ਰਹਿਣ ਦਿਓ। ਉਹ ਪੰਜਾਬ ਵਿੱਚ ਜੰਮਿਆ ਤੇ ਪੰਜਾਬੀ ਹੈ ਪਰ ਪੁੱਤਰ ਪੂਰੇ ਪਾਕਿਸਤਾਨ ਦਾ ਹੈ। ਉਹਨੇ ਹਰ ਪਾਕਿਸਤਾਨੀ ਦਾ ਸਿਰ ਉੱਚਾ ਕੀਤਾ ਹੈ। ਉਹਨੂੰ ਪਾਕਿਸਤਾਨ ਦਾ ਮਾਣ ਆਖਿਆ ਜਾਵੇ ਤੇ ਜ਼ਿਆਦਾ ਵੱਡੀ ਗੱਲ ਹੈ। ਇਹੋ ਜਜ਼ਬਾ ਦੂਜੇ ਸੂਬਿਆਂ ਵੱਲੋਂ ਵੀ ਹੋਣਾ ਚਾਹੀਦਾ ਹੈ, ਕਿਉਂ ਜੇ ਅਸੀਂ ਸਭ ਪਾਕਿਸਤਾਨੀ ਹਾਂ ਤੇ ਇਸ ਵਤਨ ਨੂੰ ਮਜ਼ਬੂਤ ਬਣਾਉਣ ਦਾ ਜਜ਼ਬਾ ਰੱਖਦੇ ਹਾਂ।